ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਨੇ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਵਿੱਚ ਵੀ ਗੁਰਦੁਆਰਾ ਦੀਵਾਨ ਸਥਾਨ ਸੈਂਟਰ ਡਾਊਨ ਦੇ ਵਿੱਚ ਵੀ ਇਹ ਜੋ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਨੇ ਸਾਡੇ ਨਾਲ ਗੁਰਮੀਤ ਜੀ ਆਪਾਂ ਗੱਲਬਾਤ ਕਰਦੇ ਹਾਂ ਗੁਰਮੀਤ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜਾ ਧੂਮਧਾਮ ਨਾਲ جو سماگم آج بھی نرنتر چل رہے ہیں دو دن پہلے نگر کیرتن سجائے گی سن جڑا جنہ دے وچ سنگتاں دی لاکھ سال اکٹھ نے ستار پاتشاہ دی میر نے بہت اسیس بخشی پربندک کمیٹی نے اور اج جو سماگم چل رہے ہیں دوپہر تک پہلے سماگم چلن گے نرنتر اس تو بعد رات نو آتش بازی کیتی جائے گی سماگم تو بعد اور اسی اس موقع تے پوری پربندک کمیٹی والا گردوارا دیوان استھان سینٹر ڈاؤن اج بہت سنگتاں دا سواگت ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋ ਪਵਿੱਤਰ ਉਪਦੇਸ਼ ਹਨ ਉਹਨਾਂ ਦੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰੋ ਔਰ ਆਪਣਾ ਜੀਵਨ ਸਫਲਾ ਕਰੋ ਗੱਲ ਕਰੀਏ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਚੰਗਾ ਕਦਮ ਇਸ ਵਾਰ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਹਿਯੋਗ ਰਿਹਾ ਮਾਨਯੋਗ ਡੀ ਸੀ ਪੀ ਸੰਧੂ ਸਾਹਿਬ ਮਾਨਯੋਗ ਡੀ ਸੀ ਪੀ ਜਗਮੋਹਨ ਜੀ ਔਰ ਡੀ ਸੀ ਸਾਹਿਬ ਨਗਰ ਨਿਗਮ ਪ੍ਰਸ਼ਾਸਨ ਇਹ ਸਾਰਿਆਂ ਵੱਲੋਂ ਇਸ ਵਾਰ ਸਾਨੂੰ ਜੋ ਸਹਿਯੋਗ ਮਿਲਿਆ ਉਹ ਪਹਿਲਾਂ ਇਤਿਹਾਸ ਦੇ ਵਿੱਚ ਕਦੀ ਨਹੀਂ ਮਿਲਿਆ ਅਸੀਂ ਪੂਰੀ ਐਡਮਿਨਿਸਟ੍ਰੇਸ਼ਨ ਦੇ ਧੰਨਵਾਦੀ ਹਾਂ ਪ੍ਰਬੰਧਕ ਕਮੇਟੀ ਵੱਲੋਂ ਔਰ ਆਸ ਕਰਦੇ ਹਾਂ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਸੇਵਾਵਾਂ ਨਿਭਾਉਂਦੇ ਰਹਿਣ ਸਾਡੇ ਨਾਲ ਨੌਜਵਾਨ ਨਗਰ ਕੀਰਤਨ ਦੇ ਵਿੱਚ ਪਾਲਕੀ ਸਾਹਿਬ ਦੇ ਅੱਗੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ ਕੀ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ ਆਪਣੇ ਨੌਜਵਾਨ ਅੱਜ ਵੀ ਕਿਹੜੇ ਨਸ਼ੇ ਵੱਲ ਨੂੰ ਭੱਜਦੇ ਨਜ਼ਰ ਆ ਰਹੇ ਕਰਨਾ ਪ੍ਰਸ਼ਾਸਨ ਦਾ ਫਰਜ਼ ਵੀ ਹੈ ਆਪਣੇ ਆਪ ਦਾ ਫਰਜ਼ ਵੀ ਸਮਝਣਾ ਚਾਹੀਦਾ ਸਾਨੂੰ ਜਿਹੜਾ ਨਸ਼ਿਆਂ ਵੱਲ ਨੌਜਵਾਨ ਵੱਧ ਰਿਹਾ ਵੈ ਗਰਮੀ ਹੈ ਇਹ ਪੰਜਾਬ ਨੂੰ ਖਤਮ ਕਰਨ ਦੇ ਲਈ ਗਹਿਰੀ ਸਾਜਿਸ਼ ਕੀਤੀ ਜਾ ਰਹੀ ਹੈ ਸਾਨੂੰ ਸਾਰਿਆਂ ਨਾਲ ਸਬੂਤ ਹੋ ਕੇ ਆਪਣੀ ਸਿਰ ਨੂੰ ਲਾਮਤ ਕਰਨਾ ਚਾਹੀਦਾ ਤਾਂ ਜੋ ਆਪਾਂ ਸਾਰੇ ਚੰਗੀ ਸੇਵਾ ਵੱਲ ਚੱਲ ਸਕੀਏ ਅੱਜ ਪ੍ਰਕਾਸ਼ ਜਿਹੜਾ ਜਿਹੜਾ ਗੁਰਦੁਆਰਾ ਦੀਵਾਨ ਸਥਾਨ ਦੇ ਵਿੱਚ ਬਣਾਇਆ ਜਾਂਦਾ ਪੂਰੇ ਜਲੰਧਰ ਸ਼ਹਿਰ ਦੇ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਵਿੱਚ ਟੈਂਕੋ ਕੱਢਿਆ ਸੀ ਜਦੋਂ ਇਹ ਨਾ ਪਖੰਡਵਾਦ ਬਹੁਤ ਜ਼ਿਆਦਾ ਵੱਧ ਚੁੱਕਾ ਆਇਆ ਸੀ ਸਾਨੂੰ ਇਸ ਚੀਜ਼ ਨਿਕਲਦੀ ਅੱਜ ਵੀ ਬਹੁਤ ਲੋੜ ਦੁਆਰਾ ਪ੍ਰੇਰਿਤ ਹੋ ਰਹੀ ਹੈ ਸਾਨੂੰ ਪਖੰਡਾਂ ਤੋਂ ਪਰੇ ਹੋ ਕੇ ਉਹਨਾਂ ਦੇ ਦਿਸ਼ੇ ਉਪਦੇਸ਼ਾਂ ਦੇ ਚੱਲਣਾ ਚਾਹੀਦਾ ਦੂਜਾ ਉਹਨਾਂ ਨੇ ਲੰਗਰ ਦਾ ਜੋ ਪਤਾ ਚਲਾਈ ਸੀ 20 ਰੁਪਏ ਦੇ ਨਾਲ ਤੁਸੀਂ ਹੁਣ ਵੀ ਥੋੜ੍ਹੀ ਦੇਰ ਬਾਅਦ ਦੇਖੋਗੇ ਇਸ ਵੱਡੇ ਤੋਂ ਵੱਡਾ ਪਤਾ ਲਈ ਆਮ ਤੋਂ ਆਮ ਬੰਦਾ ਵੀ ਇਸ ਲੰਗਰ ਨੂੰ ਪੰਗਤਾਂ ਦੇ ਵਿੱਚ ਜਾ ਕੇ ਛਕੇਗਾ ਉਹ ਹੀ ਇੱਕ ਬੰਦੇ ਨੂੰ ਹਰ ਬੰਦੇ ਨੂੰ ਕਿਸਾਨ ਸਮਝਣਾ ਚਾਹੀਦਾ ਅਤੇ ਦੂਜੇ ਨੂੰ ਆਪਣੇ ਤੋਂ ਨਿਯਮਾਂ ਨਹੀਂ ਸਮਝਾਉਣਾ ਚਾਹੀਦਾ ਤੁਹਾਡੇ ਅਤੇ ਦੇਖ ਕੇ ਅਸੀਂ ਗੱਲਬਾਤ ਕੀਤੀ ਗਈ ਆ ਹੁਣ
ਦਿਖਾ ਰਿਹਾ ਸੀ ਲੰਗਰ ਹਾਲ ਦੇ ਇੱਥੇ ਸੇ ਗੁਰੂ ਦੇ ਸੇਵਾਦਾਰਾਂ ਵੱਲੋਂ ਜੋ ਲੰਗਰ ਤਿਆਰ ਕਰਦੇ ਨੇ ਤੇ ਜੋ ਸੰਸਥਾ ਦੇ ਵਿੱਚ ਲੰਗਰ ਕੀਤਾ ਜਾਏਗਾ ਦੇ ਵਿੱਚ ਸਾਡੇ ਨਾਲ ਇੱਥੇ ਲੰਗਰ ਦੇ ਵਿੱਚ ਸੇਵਾਦਾਰ ਹੈ 8 ਸਾਲ ਦੀ ਤਰੀਕ ਨਾਲ ਲੰਗਰ ਦਾ ਜੋ ਕੰਮ ਕੀਤਾ ਜਾਂਦਾ ਸੇਵਾਦਾਰਾਂ ਦੇ ਨਾਲ ਨੌਜਵਾਨ ਸੇਵਾ ਸਭ ਦਾ ਲੰਗਰ ਦੀ ਦੇਖੋ ਮੈਂ ਲੰਗਰ ਦੀ ਤਸਵੀਰ ਦਿਖਾ ਰਿਹਾ ਜਲੰਧਰ।